2024 ਦੀਆਂ ਲੋਕ ਸਭਾ ਚੋਣਾਂ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਗਠਜੋੜ ਨੂੰ ਲੈ ਕੇ ਸਾਡੇ ਸਮਾਦਾਤਾ ਟੋਨੀ ਸ਼ਰਮਾ ਨੇ ਸੰਗਰੂਰ ਦੇ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਵਿਨਰਜੀਤ ਸਿੰਘ ਖੜਿਆਲ ਦੇ ਨਾਲ ਗਲਬਾਤ ਕੀਤੀ 2024 ਦੀ ਲੋਕ ਸਭਾ ਚੋਣਾਂ ਦਾ ਸਮਾਂ ਬੜਾ ਨੇੜੇ ਆਂਦਾ ਜਾ ਰਿਹਾ ਹੈ ਹਰ ਇੱਕ ਪਾਰਟੀ ਲੋਕ ਸਭਾ ਚੋਣਾਂ ਦੀ ਤਿਆਰੀ ਕਰਨ ਦੇ ਵਿੱਚ ਲੱਗ ਗਈ ਹੈ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਤਾਂ ਅੱਜ ਸਾਡੇ ਨਾਲ ਮੌਜੂਦ ਨੇ ਵਿਨਰਜੀ ਸਿੰਘ ਗੋਲੜੀ ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜਨਰਲ ਸਖਤਰ ਨੇ ਤੇ ਹਲਕਾ ਇੰਚਾਰਜ ਸੰਗਰੂ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਿੱਦਾਂ ਦੀ ਤਿਆਰੀ ਲੋਕ ਸਭਾ ਚੋਣਾਂ ਨੂੰ ਲੈ ਕੇ ਆ ਹੋਰ ਵੀ ਜਿਹੜੇ ਸਵਾਲਾਂਤ ਜੋ ਰਾਜਨੀਤੀ ਨਾਲ ਸੰਬੰਧ ਰੱਖਦੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਨੇ ਗੋਲੜੀ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਸਭ ਤੋਂ ਪਹਿਲਾ ਸਵਾਲ ਕਿ ਲੋਕ ਸਭਾ ਚੋਣਾਂ ਦਾ 2024 ਦਾ ਚੋਣਾਂ ਦਾ ਜਿਹੜਾ ਸਮਾਂ ਬੜਾ ਨੇੜੇ ਆ ਗਿਆ ਕੀ ਕਹਿਣਾ ਚਾਹੋਗੇ ਦੇਖੋ ਚੋਣਾ ਜਿਹੜੀਆਂ ਨੇ ਹਮੇਸ਼ਾ ਦੇਸ਼ ਦਾ ਭਵਿੱਖ ਤੈ ਕਰਨ ਵਾਸਤੇ ਨੇ ਤੇ ਅਸੀਂ ਆਪਣੇ ਵੱਲੋਂ ਤਿਆਰੀ ਚ ਸ਼੍ਰੋਮਣੀ ਕਾਲੀਦਾਲ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸਾਹਿਬ ਤੇ ਜਿੰਨੇ ਵਰਕਰ ਸਹਿਬਾਨ ਨੇ ਪੂਰੇ ਜੋਰ ਸ਼ੋਰ ਨਾਲੇ ਇਹ ਚੋਣਾ ਨੂੰ ਲੜਨਗੇ ਤੇ ਉਮੀਦ ਹੈ ਕਿ ਅਸੀਂ ਜਿਹੜੀਆਂ ਸੰਗਤ ਜਿਹੜੀ ਹੈ ਸਾਨੂੰ ਵਧੀਆ ਫਤਵਾ ਦੇਊਗੀ ਤੇ ਸ਼੍ਰੋਮਣੀ ਕਾਲੀਦਾਲ ਇੱਕ ਇੱਕ ਪਾਰਟੀ ਹੈ ਰੀਜਨਲ ਪਾਰਟੀ ਹੈ ਖੇਤਰੀ ਪਾਰਟੀ ਹੈ ਅੱਜ ਜੇ ਦੇਸ਼ ਦੇ ਵਿੱਚ ਕਿਤੇ ਜ਼ਰੂਰਤ ਹੈ ਕਿਉਂਕਿ ਜਹੇ ਜਹ ਮਾਹੌਲ ਸਿਰਜਿਆ ਜਾ ਰਿਹਾ ਹੈ ਜਹੇ ਜਹ ਮਾਹੌਲ ਚੱਲ ਰਿਹਾ ਹੈ ਆਪਣੇ ਨਿੱਜੀ ਸਵਾਰਥਾਂ ਲਈ ਨਿੱਜੀ ਜਿਹੜਾ ਕੰਮਾਂ ਲਈ ਜਿਹੜੀਆਂ ਪਾਰਟੀਆਂ ਨੇ ਆਪਣੇ ਏਜੰਡਿਆਂ ਨੂੰ ਲਾਗੂ ਕਰਨ ਵਾਸਤੇ ਜਿਹੜਾ ਕੰਮ ਕਰਦੀਆਂ ਨੇ ਪਰ ਇੱਕ ਖੇਤਰੀ ਪਾਰਟੀ ਦਾ ਹੋਣਾ ਜਿਹਦੇ ਵੀ ਸਟੇਟ ਆ ਕਿਸੇ ਵੀ ਸਟੇਟ 'ਚ ਖੇਤਰੀ ਪਾਰਟੀ ਦਾ ਹੋਣਾ ਉਹਦਾ ਤਾਕਤਵਰ ਹੋਣਾ ਬਹੁਤ ਜ਼ਰੂਰੀ ਹੈ। ਭਾਜੀ ਕਿਹੜੇ-ਕਿਹੜੇ ਮੁੱਦੇ ਮੇਨ ਰਹਿਣਗੇ ਜੋ ਤੁਸੀਂ ਇਸ ਲੋਕ ਸਭਾ ਇਲੈਕਸ਼ਨ ਦੇ ਵਿੱਚ ਲੈ ਕੇ ਲੋਕਾਂ ਦੇ ਵਿੱਚ ਜਾਓ? ਸਾਡਾ ਤਾਂ ਇੱਕੋ ਇੱਕ ਮੁੱਦਾ ਹੈ ਜੀ, ਸ਼ਾਂਤੀ ਭਾਈਚਾਰਕ ਸਾਂਝ ਤੇ ਉਦੋਂ ਵੱਡਾ ਤਰੱਕੀ। ਪੰਜਾਬ ਦੀ ਡਿਵੈਲਪਮੈਂਟ ਅਕਾਲੀ ਦਲ ਦੇ ਸਮੇਂ 'ਚ ਜਿੰਨੀ ਹੋਈ ਹੈ ਨਾ ਅੱਜ ਤੋਂ ਪਹਿਲਾਂ ਕਦੇ ਹੋਈ ਐ ਤੇ ਨਾ ਹੁਣ ਹੋ ਰਹੀ ਐ ਤੇ ਨਾ ਗਰੰਟੀ ਕਰਦਾ ਕਿ ਇਸ ਤੋਂ ਹੋਣੀ ਐ ਇਹ ਕਾਲੀ ਦਾਲੀ ਐ ਜਿਹੜਾ ਪੰਜਾਬ ਦੇ ਭਲੇ ਲਈ ਸੋਚਦਾ ਕਿਉਂਕਿ ਫਰਕ ਹੈ ਦੇ ਚ ਤੁਸੀਂ ਕਿਸੇ ਪਾਰਟੀ ਦੀ ਗੱਲ ਕਰ ਲਓ ਕਾਂਗਰਸ ਦੀ ਲੈ ਲਓ ਤੁਸੀਂ ਭਾਜਪਾ ਦੀ ਲੈ ਲਓ ਤੁਸੀਂ ਆਮ ਆਦਮੀ ਪਾਰਟੀ ਦਾ ਭਾਜਪਾ ਨੇ ਨੈਸ਼ਨਲ ਲੈਵਲ ਤੇ ਸੋਚਣਾ ਹੈ ਕਾਂਗਰਸ ਨੇ ਨੈਸ਼ਨਲ ਲੈਵਲ ਤੇ ਸੋਚਣਾ ਹੈ ਆਮ ਆਦਮੀ ਪਾਰਟੀ ਜਿਹੜੀ ਆ ਉਹ ਆਪਣੇ ਆਪ ਨੂੰ ਸਟੈਬਲਿਸ਼ ਕਰਨ ਤੇ ਲੱਗੀ ਹੋਈ ਐ ਉਹਨੇ ਤਾਂ ਪੰਜਾਬ ਦੇ ਪੈਸੇ ਦੀ ਬਰਬਾਦੀ ਕਰਕੇ ਅੱਜ ਜੇ ਕਹੇ ਜਿੰਨਾ ਪੰਜਾਬ ਦਾ ਪੈਸਾ ਸੀ ਸਾਰਾ ਚੁੱਕ ਕੇ ਜਿਹੜਾ ਟੋਟਲ ਦਾ ਟੋਟਲ ਪੈਸਾ ਪੂਰੇ ਦੇਸ਼ ਉਹਨਾਂ ਨੇ ਲਾਇਆ ਆਪਣੇ ਆਪ ਨੂੰ ਚਮਕਾਉਣ ਚ ਪਰ ਦੁੱਖ ਦੀ ਗੱਲ ਹੈ ਤੇ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਦੇ ਇੰਨੇ ਪੈਸੇ ਲਾਉਣ ਦੇ ਬਾਵਜੂਦ ਵੀ ਜਿਹੜਾ ਨੋਟਾ ਤੋਂ ਘੱਟ ਬੋਟਾ ਪਈਆਂ ਨੇ ਉਹਨਾਂ ਨੂੰ ਤੇ ਜਿਹੜੇ ਦੂਜਿਆਂ ਤੇ ਤੰਜ ਕੱਸਦੇ ਸੀ ਤੇ ਅੱਜ ਜਿਹੜਾ ਸਮਾਂ ਦੇਖੋ ਕਿ ਪਿੰਡਾਂ ਦੇ ਵਿੱਚ ਜਾਣਿਆ ਜਿਹੜਾ ਕੋਈ 100 150 ਬੋੜ ਦਾ ਹੀ ਪਿੰਡ ਹੈ ਨਾ ਉਸ ਪਿੰਡ 'ਚ ਵੀ 15 ਬੋੜ ਲੱਗੇ ਹੋਣਗੇ ਭਗਵੰਤ ਮਾਨ ਦੇ ਜਿਹੜਾ ਚਰਚਾ ਕਰਦਾ ਸੀ ਨਾ ਕਿ ਜਿਹੜਾ ਬੋਰਡਾਂ ਲਾਗਦੇ ਨੇ ਵੱਡੇ ਬੋਰਡ ਲਾਤੇ ਜੀ ਫੋਟੋਆਂ ਲਾ ਲੀਆਂ ਜੀ ਜਿਹੜੇ ਅਸੀਂ ਤਾਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਤਾਂ ਕੀਤੇ ਕੰਮ 에어ਪੋਰਟ ਵੱਡੀਆਂ ਵੱਡੀਆਂ ਐਂਬੂਲੈਂਸਸ ਵੱਡੇ ਵੱਡੇ ਸੋਭਤਾ ਕੇਂਦਰ ਸਾਂਝ ਕੇਂਦਰ ਹੋਰ ਕੰਪਲੈਕਸਸ ਬਣਾਏ ਤੇ ਉਹਨਾਂ ਤੇ ਕਿਤੇ ਫੋਟੋ ਲੱਗੀ ਹੋਣੀ ਇਹ ਤਾਂ ਅੱਜ ਲਫਾਫਿਆਂ ਤੇ ਫੋਟੋ ਲਾਉਣ ਵਾਲੇ ਲੀਡਰ ਬਣ ਗਏ ਜਿਹੜੇ 5 ਰੁਪਏ ਦਾ ਲਫਾਫਾ ਆਉਂਦਾ ਉਹਦੇ ਤੇ ਵੀ ਫੋਟੋ ਲਾ ਕੇ ਵੇਚ ਦਿੰਦੇ ਨੇ ਆ ਯਾਤਰਾ ਦੀ ਚਲਾਈ ਯਾਤਰਾ ਦੇ ਝੋਲਿਆਂ ਤੇ ਵੀ ਲਫਾਫੇ ਲਾਤੇ ਲਫਾਫੇ ਜਿਹੜੇ ਯਾਤਰਾ ਵਾਲੇ ਉਹਦੇ ਦੇ ਵੀ ਫੋਟੋ ਲਾ ਰੱਖੀ ਸੀ ਹੋਰ ਇਹ ਤੋਂ ਮਾੜਾ ਕੀ ਹਾਲਾਤ ਹੋ ਸਕਦੇ ਪਾਜੀ ਤੁਸੀਂ ਯਾਤਰਾ ਸਕੀਮ ਦੀ ਗੱਲ ਕੀਤੀ ਐ ਪਰ ਕਿਤੇ ਨਾ ਕਿਤੇ ਜਿਹੜੀ ਆਮ ਜਨਤਾ ਜਿਹੜੇ ਆਮ ਲੋਕ ਨੇ ਐਸੇ ਯਾਤਰਾ ਸਕੀਮ ਦਾ ਫਾਇਦਾ ਤਾਂ ਲੈ ਰਹੇ ਨੇ ਅੱਜ ਤੀਰਥ ਯਾਤਰਾ ਸਕੀਮ ਦੇ ਵਿੱਚ ਇਹਨਾਂ ਨੂੰ ਪੁੱਛੋ ਵੀ ਕਿੰਨੇ ਬੰਦੇ ਗਏ ਨੇ ਇੱਕ ਪਹਿਲੀ ਟ੍ਰੇਨ ਭੇਜ ਕੇ ਮੁੜ ਕੇ ਇਹਨਾਂ ਦੀ ਟ੍ਰੇਨ ਨਹੀਂ ਗਈ ਬੱਸਾਂ ਜਿਹੜੀਆਂ ਅਸੀਂ ਆ ਬੱਸਾਂ ਤਾਂ ਯਾ ਰੇਲੀਆਂ ਦੇ ਲਈ ਫਿਰਦੇ ਨੇ ਤੀਰ ਮੁੱਖ ਮੰਤਰੀ ਤੀਰ ਯਾਤਰਾ ਸਕੀਮ ਚ ਕੀ ਜਾਣਗੇ ਫਿਰ ਅੱਛਾ ਜਦੋਂ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵੇਲੇ ਮੁੱਖ ਮੰਤਰੀ ਤੀਰ ਯਾਤਰਾ ਸਕੀਮ ਸ਼ੁਰੂ ਕੀਤੀ ਸੀ ਉਦੋਂ ਤੱਕ ਕਹਿੰਦੇ ਸੀ ਇਹ ਪੈਸੇ ਦੀ ਬਰਬਾਦੀ ਹੈ ਕੁੜੀ ਜੀ ਜੇ ਅੱਪਾ ਹੁਣ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਤੁਹਾਡੇ ਵੱਲੋਂ ਲੱਗਦਾ ਕਿ ਪਾਰਟੀ ਨੂੰ ਮਜ਼ਬੂਤੀ ਦੇਣ ਵਾਸਤੇ ਤੁਹਾਡੇ ਵੱਲੋਂ ਕੀ ਕੀ ਕਦਮ ਚੱਕੇ ਜਾਣਗੇ ਆਉਣ ਵਾਲੇ ਟਾਈਮ ਦੇ ਵਿੱਚ ਦੇਖੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪਾਰਟੀ ਸਾਡੀ ਮਜ਼ਬੂਤ ਹੈ ਠੀਕ ਹੈ ਸਮਾਂ ਹੁੰਦਾ ਇਹ ਉਤਰਾ ਚੜਾ ਜ਼ਿੰਦਗੀ ECG ਵਰਗੀ ਹੈ ਜੇ ECG ਆ ਉੱਪਰ ਥੱਲੇ ਹੁੰਦੀ ਰਹੇ ਨਾ ਉਹ ਚੰਗੀ ਹੈ ਜੇ ਸਟ੍ਰੇਟ ਲਾਈਨ ਹੋ ਜੂਗੀ ਤਾਂ ਬੰਦਾ ਵੀ ਮੁੱਕ ਜਾਂਦਾ ਸੋ ਐਂ ਜਿੰਦਗੀ ਹੈ ਇਹ ਆਪਾਂ ਡਾਊਨ ਜਿਹੜੇ ਨੇ ਜੇ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ ਜੇ ਤੁਸੀਂ ਮਾੜਾ ਨਹੀਂ ਹੋਊਗਾ ਫਿਰ ਚੰਗੇ ਦਾ ਕਿਵੇਂ ਪਤਾ ਲੱਗੂਗਾ ਜੇ ਮਾੜਾ ਚੰਗੇ ਦਾ ਉਦੋਂ ਹੀ ਪਤਾ ਲੱਗਦਾ ਜਦੋਂ ਕੋਈ ਮਾੜਾ ਆਉਂਦਾ ਇਹ ਇਹਨਾਂ ਨੇ ਬੜੀ ਹਵਾ ਬਣਾਈ ਵੀ ਸਾਰੀ ਦੁਨੀਆ ਮਾੜੀਆਂ ਸੀ ਚੰਗੇ ਆ ਅੱਜ ਸਾਰੇ ਲੋਕ ਜਿਹੜੇ ਮਰਜ਼ੀ ਤੁਸੀਂ 100 ਬੰਦੇ ਨੂੰ ਖੜਾ ਕੇ ਪੁੱਛ ਲਓ 100 ਚੋਂ 99 ਨਹੀਂ 100 ਚੋਂ 100 ਗੈਣਗੇ ਵੇ ਸਾਰੇ ਚੰਗੇ ਨੇ ਇਹਨਾਂ ਨਾਲੋਂ ਇਹ ਕੱਲੀ ਮਾੜੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਸਯੁਕਤ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਮਝੌਤੇ ਨੂੰ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਜਿਹੜੀ ਇਹਨਾਂ ਦੀ ਅਲਾਈਅੰਸ ਜੇ ਇਕੱਠੇ ਹੋਣਾ ਅਸੀਂ ਪਰਮਿੰਦਰ ਸਿੰਘ ਢੀਂਟਾ ਸਾਹਿਬ ਜੀ ਦਾ ਇੰਟਰਵਿਊ ਕੀਤੀ ਸੀ ਉਹਨਾਂ ਦਾ ਕਹਿਣਾ ਸੀ ਕਿ ਇੱਕ ਪੰਜ ਮੈਂਬਰੀ ਜਿਹੜੀ ਕਮੇਟੀ ਹੈ ਗਠਿਤ ਕਰ ਦਿੱਤੀ ਗਈ ਹੈ ਜਿੱਦਾਂ ਹੀ ਕੋਈ ਫੈਸਲਾ ਆਏਗਾ ਤੁਹਾਡੇ ਨਾਲ ਗੱਲਾਂ ਸਾਂਝੀਆਂ ਕੀਤੀ ਜਾਣਗੇ ਡੈਫੀਨੇਟਲੀ ਦੇਖੋ ਪਾਰਟੀ ਤੇ ਸਾਡੇ ਵੀ ਚਰਚਾ ਜਿਹੜੀ ਆਮ ਹਵਾ ਚ ਸੁਣਨ ਨੂੰ ਮਿਲਦੀ ਹੈ ਪਰ ਸਾਡੇ ਵੀ ਇਹ ਕਲੀਅਰ ਹੈ ਕਿ ਜੇ ਉਹਨਾਂ ਨੇ ਕਮੇਟੀ ਗਠਿਤ ਕਰਕੇ ਕੀਤੀ ਹੈ ਤਾਂ ਸਾਡੇ ਵੀ ਕੋਰ ਕਮੇਟੀ ਆਲਰੇਡੀ ਬਣੀ ਹੋਈ ਹੈ ਪਾਰਟੀ ਦੀ ਤਾਂ ਜਿਹੜਾ ਵੀ ਫੈਸਲਾ ਐਲੈਂਸ ਦਾ ਹੋਊਗਾ ਉਹ ਕੋਰ ਕਮੇਟੀ ਨੇ ਕਰਨਾ ਹੈ ਜੇ ਕੋਈ ਬੰਦੇ ਦੀ ਅਪਰੋਚ ਹੁੰਦੀ ਹੈ ਸ਼੍ਰੋਮਨੀ ਕਾਲੀਦਾਲ ਨੂੰ ਤਾਂ 100% ਹੈ ਕਿ ਉਹਦਾ ਫੈਸਲਾ ਜਿਹੜਾ ਉਹ ਸਾਰਾ ਮੁੱਦਾ ਪਹਿਲਾਂ ਕੋਰ ਕਮੇਟੀ ਜਾਊਗਾ ਫਿਰ ਕੋਰ ਕਮੇਟੀ ਦਾ ਫੈਸਲਾ ਕਰੂਗਾ ਐਲੈਂਸ ਕਰਨਾ ਹੈ ਕਿ ਨਹੀਂ ਕਰਨਾ ਇਹ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਨੇ ਜੇ ਕਿਸੇ ਨੇ ਕਹਤਾ ਕਿ ਅਸੀਂ ਐਲੈਂਸ ਕਰਨਾ ਤਾਂ ਅਸੀਂ ਉੱਠ ਕੇ ਐਲੈਂਸ ਕਰ ਲਾਂਗੇ ਪਾਰਟੀ ਹਿੱਤਾਂ ਨੂੰ ਦੇਖ ਕੇ ਪੰਜਾਬ ਦੇ ਹਿੱਤਾਂ ਨੂੰ ਦੇਖ ਕੇ ਲੋਕ ਹਿੱਤਾਂ ਨੂੰ ਦੇਖ ਕੇ ਫਿਰ ਉਸ ਤੋਂ ਬਾਅਦ ਇਹ ਐਲੈਂਸ ਹੋਣੇ ਨੇ ਤੇ ਚਾਹਣਾ ਕਿ ਕਲੈਟੀ ਨਾਲ ਅੱਜ ਪਾਰਟੀ ਦੇ ਨਾਲ ਕੋਈ ਵੀ ਬੰਦੇ ਸਾਡੇ 4-5 ਸਾਲ ਤੋਂ ਜਦੋਂ ਤੋਂ ਸਾਡੇ ਤੋਂ ਵੱਖ ਕਈ ਬੰਦੇ ਹੋਏ ਨੇ ਤੇ ਅੱਜ ਮੈਂ ਸਾਡੇ ਵਰਕਰਾਂ ਨੂੰ ਵੀ ਸਾਡੇ ਲੀਡਰਾਂ ਸਹਿਬਾਨਾਂ ਨੂੰ ਵੀ ਜਿੰਨੇ ਸਾਡੇ ਇਲਾਕੇ ਤੇ ਮੈਂ ਆਪਣੇ ਹਲਕੇ ਦੀ ਸਪੈਸ਼ਲੀ ਉੱਚੇਚੇ ਤੌਰ ਤੇ ਗੱਲ ਕਰੂੰਗਾ ਮੈਂ ਉਹਨਾਂ ਨੇ ਕਹਿਣਾ ਚਾਹਣਾ ਕਿ ਜਿਹੜੇ ਬੰਦਿਆਂ ਨੇ ਪਾਰਟੀ ਦੇ ਮਾੜੇ ਸਮੇਂ ਚ ਟਾਈਮ ਸਾਡਾ ਸਾਥ ਦਿੱਤਾ ਉਹ ਸਾਡੇ ਲਈ ਹਮੇਸ਼ਾ ਹੀ ਸਤਿਕਾਰਯੋਗ ਰਹਿਣਗੇ ਤੇ ਪਹਿਲ ਜਿਹੜੀ ਹੈ ਉਹਨਾਂ ਦੀ ਰਹੂਗੀ ਅਲਾਈਅੰਸ ਲਈ ਜਿਹੜਾ ਮਰਜੀ ਆਵੇ ਦੇਖੋ ਜਦੋਂ ਹੁਣ ਚੜ੍ਹਦੀ ਕਲਾ ਦੇ ਵਿੱਚ ਪਾਰਟੀ ਹੋਣੀ ਹੈ ਤਾਂ ਉਹ ਤੋਂ ਬਹੁਤ ਨੇ ਆਉਣਾ ਪਰ ਸਾਡੇ ਲਈ ਇਹ ਵੀ ਕਹਿਣਾ ਕਿ ਜਦੋਂ ਤੁਸੀਂ ਇਕੱਠੇ ਹੁੰਨੇ ਹੋ ਕੋਈ ਵੀ ਨਾਲ ਤੁਹਾਡੇ ਜੁੜਦਾ ਹੈ ਤਾਂ ਉਹ ਕੋਈ ਨਾ ਕੋਈ ਸੋਚ ਤੇ ਵਿਚਾਰ ਮਲਾ ਕੇ ਜੁੜਦਾ ਹੈ ਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਚ ਬਹੁਤ ਸਾਰੇ ਲੋਕਾਂ ਨੇ ਇੱਥੇ ਸਾਡੇ ਨਾਲ ਆਉਣਾ ਹੈ ਤੇ ਅਸੀਂ ਪੰਜਾਬ ਦੀ ਸੇਵਾ ਦੇ ਵਿੱਚ ਲੱਗਣਾ ਹੈ ਸਰ 2024 ਦੀ ਲੋਕ ਸਭਾ ਸੀਟਾਂ ਦੀ ਗੱਲ ਕਰੀਏ ਤਾਂ 13 ਸੀਟਾਂ ਨੇ ਪੂਰੇ ਪੰਜਾਬ ਦੇ ਵਿੱਚ ਕਿੰਨੀਆਂ ਸੀਟਾਂ ਦੀ ਉਮੀਦ ਕਰਦੇ ਹੋ ਜਿੱਤ ਲਈ ਜਿੱਤ ਹਾਰ ਜਿਹੜੀ ਹੈ ਇਹ ਸੰਗਤ ਤੇ ਨਿਰਪਰ ਹੈ ਪਰ ਅਸੀਂ ਤਾਂ ਆਪਣੇ ਵੱਲੋਂ ਇੱਕ ਕਲੈਰਟੀ ਹੈ ਕਿ ਅਸੀਂ ਸਾਰਿਆਂ ਜਿੱਤਣ ਵਾਸਤੇ ਖੇਡਣਾ ਹੈ ਤੇ ਅਸੀਂ ਸਾਰਿਆਂ ਜਿੱਤਣ ਵਾਸਤੇ ਲੜਨਾ ਹੈ ਤੇ ਸਾਡੇ ਕੈਂਡੀਡੇਟ ਵੀ ਮਜ਼ਬੂਤ ਨੇ ਆਲਰੇਡੀ ਡਿਸਾਈਡਡ ਨੇ ਬਹੁਤ ਸਾਰੇ ਕੈਂਡੀਡੇਟ ਜਿਹੜੇ ਕਲੀਅਰ ਹੋ ਚੁੱਕੇ ਨੇ ਤੇ ਉਮੀਦ ਹੈ ਕਿ ਸੰਗਤ ਦਾ ਫਤਵਾ ਜਿਹੜਾ ਅੱਜ ਖੇਤਰੀ ਪਾਰਟੀ ਨੂੰ ਤੁਹਾਡੀ ਮਾਂ ਪਾਰਟੀ ਸ਼੍ਰੋਮਣੀ ਕਾਲੀ ਦਲ ਦੇਣਗੇ ਤੇ ਸ਼੍ਰੋਮਣੀ ਕਾਲੀ ਦਲ ਅੱਜ ਦੇ ਸਮੇਂ 'ਚ ਇਕੱਲਾ ਹੀ ਲੜ ਰਿਹਾ ਹੈ ਤੇ ਇਕੱਲੇ ਹੀ ਲੜਾਈ ਲੜਦਾ ਤੇ ਪੰਜਾਬ ਦੀ ਲੜਾਈ ਲੜਦਾ ਰਹੂਗਾ ਅੱਗੇ ਸੰਗਤ ਦਾ ਫਤਵਾ ਇਹ ਸਾਡੇ ਨਾਲ ਸੀ ਜੀ ਵਿਨਰ ਜਿੱਤ ਕੋਲਡੀ ਹਲਕਾ ਸੰਗਰੂਰ ਵਿਨਰਜੀਜ਼ ਗੋਲਡੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਰਾਜਨੀਤੀ ਦੇ ਮੁੱਦਿਆਂ ਨੂੰ ਲੈ ਕੇ ਸੰਗਰੂਰ ਤੋਂ ਟੋਨੀ ਸ਼ਰਮਾ ਖਬਰ ਫਾਸਟ